ਆ ਸਾਰੀ ਹੈਗੀ ਜੀ ਲੋਕੇਸ਼ਨ ਮੈਕਡੋਨਲਡ ਦੀ ਪੰਜਾਬ ਦਾ ਸਭ ਤੋਂ ਪਹਿਲਾ ਮੈਕਡੋਨਲ ਹਾਂਜੀ ਗੁੱਡ ਮਾਰਨਿੰਗ ਗਾਇਜ਼ ਐਂਡ ਵੈਲਕਮ ਬੈਕ ਟੂ ਮਾਈ ਚੈਨਲ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਸੋ ਅੱਜ ਦੀ ਇਸ ਵੀਡੀਓ ਦਾ ਟੋਪਿਕ ਤੁਹਾਨੂੰ ਮੇਰੇ ਟਾਈਟਲ ਅਤੇ ਥੰਬਨੇਲ ਦੇਖ ਕੇ ਪਤਾ ਚੱਲ ਹੀ ਗਿਆ ਹੋਣਾ ਕਿ ਆਪਾਂ ਕਿਸ ਚੀਜ਼ ਦੀ ਗੱਲ ਕਰਨ ਲੱਗੇ ਹਾਂ ਸੋ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਪੰਜਾਬ ਦਾ ਸਭ ਤੋਂ ਪਹਿਲਾ ਮੈਕਡੋਨਲ ਕਿੱਥੇ ਖੁੱਲਿਆ ਸੀ ਅਤੇ ਹਾਂਜੀ ਅਤੇ ਮੈਕਡੋਨਲ ਤੁਸੀਂ ਸਾਰਿਆਂ ਨੇ ਇੱਕ ਵਾਰ ਲਾਈਫ ਦੇ ਵਿੱਚ ਵਿਜ਼ਿਟ ਜ਼ਰੂਰ ਕੀਤਾ ਹੋਣਾ ਅਤੇ ਸਾਰਿਆਂ ਨੇ ਖਾਧਾ ਵੀ ਜ਼ਰੂਰ ਹੋਣਾ ਅਤੇ ਕਾਫੀ ਪੁਰਾਣਾ ਬ੍ਰਾਂਡ ਹੈ ਇਹ ਅਤੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੋ ਉੱਥੇ ਕਿ ਜਿੱਥੇ ਸਭ ਤੋਂ ਪਹਿਲਾਂ ਮੈਕਡੋਨਲ ਖੁੱਲਿਆ ਸੀ ਆਪਣੇ ਸ਼ਹਿਰ ਦੇ ਨਾਲ ਹੀ ਆ ਜਿੱਥੇ ਇਹ ਮੈਕਡੋਨਲ ਖੁੱਲਿਆ ਹੋਇਆ ਤੁਹਾਨੂੰ ਦਿਖਾਉਂਦੇ ਹਾਂ ਉੱਥੇ ਲਿਜਾ ਕੇ ਅਤੇ ਚਲੋ ਚੱਲਦੇ ਹਾਂ ਫਿਰ ਅਤੇ ਦਿਖਾਉਂਦੇ ਹਾਂ ਸਭ ਤੋਂ ਪੰਜਾਬ ਦਾ ਸਭ ਤੋਂ ਪਹਿਲਾਂ ਮੈਕਡੋਨਲ ਕਿੱਥੇ ਮੌਸਮ ਚੈੱਕ ਕਰੋ ਜੀ ਅੱਜ ਮੌਸਮ ਕਿੰਨਾ ਵਧੀਆ ਹੋ ਗਿਆ ਅਤੇ ਨਾਲ ਨਾਲ ਥੋੜ੍ਹੀ ਥੋੜ੍ਹੀ ਬਾਰਿਸ਼ ਵੀ ਹੋ ਰਹੀ ਆ ਮੌਸਮ ਪੂਰਾ ਘੈਂਟ ਹੋ ਚੁੱਕਿਆ ਅਤੇ ਮਜ਼ਾ ਆਊਗਾ ਵੀਡੀਓ ਬਣਾਉਣ ਦਾ ਵੀ ਮਜ਼ਾ ਆਊਗਾ ਨਾਲ ਨਾਲ ਠੰਡੇ ਮੌਸਮ 'ਚ ਅਤੇ ਆਪਾਂ ਚੱਲਦੇ ਹੁਣ ਤੁਹਾਨੂੰ ਲੈ ਕੇ ਪੰਜਾਬ ਦੇ ਸਭ ਤੋਂ ਪਹਿਲੇ ਮੈਕਡੋਨਲ 'ਤੇ ਆ ਜੀ ਬੜਾ ਠੰਡਾ ਮੌਸਮ ਆ ਇੱਥੇ ਅਤੇ ਚਲੋ ਜੀ ਚੱਲਦੇ ਹਾਂ ਫਿਰ ਬਾਰਿਸ਼ ਥੋੜ੍ਹੀ ਜਿਹੀ ਤੇਜ਼ ਹੋ ਗਈ ਅਤੇ ਆਪਾਂ ਥੋੜ੍ਹੀ ਦੇਰ ਰੁਕ ਕੇ ਚੱਲਦੇ ਹਾਂ ਫਿਰ ਇੰਨੇ ਮੀਂਹ ਦੇ ਵਿੱਚ ਥੋੜ੍ਹੀ ਵੀਡੀਓ ਬਣਾਉਣਾ ਇੰਪੋਸੀਬਲ ਹੋ ਜੂਗਾ ਅਤੇ ਥੋੜ੍ਹੀ ਦੇਰ ਵੇਟ ਕਰਕੇ ਚੱਲਦੇ ਹਾਂ ਬਾਰਿਸ਼ ਪੈਣ ਲੱਗ ਗਈ ਕਾਫੀ ਤੇਜ਼ ਮੌਸਮ ਨੇ ਤਾਂ ਆਨੰਦ ਹੀ ਲਿਆ ਤਾ ਅੱਜ ਲਓ ਜੀ ਮੀਂਹ ਹਟ ਗਿਆ ਅਤੇ ਚੱਲਦੇ ਹਾਂ ਹੁਣ ਆਪਾਂ ਆਪਣੀ ਲੋਕੇਸ਼ਨ 'ਤੇ ਫਾਈਨਲੀ ਆਪਾਂ ਆਪਣੀ ਲੋਕੇਸ਼ਨ 'ਤੇ ਪਹੁੰਚ ਗਏ ਹਾਂ ਅਤੇ ਆਪਾਂ ਉਹਦੇ ਸਾਹਮਣੇ ਹੀ ਖੜੇ ਹਾਂ ਇਹ ਜਿਹੜਾ ਮੈਕਡੋਨਲ ਆ ਪੰਜਾਬ ਦਾ ਪਹਿਲਾ ਮੈਕਡੋਨਲ ਆ ਇਹ ਬਿਲਕੁਲ ਨੈਸ਼ਨਲ ਹਾਈਵੇ 'ਤੇ ਬਣਿਆ ਹੋਇਆ ਆ ਸਾਹਮਣੇ ਹੈਗਾ ਜੀ ਨੈਸ਼ਨਲ ਹਾਈਵੇ 1 NH1 ਕਹਿੰਦਾ ਜਿਹਨੂੰ ਜਿਹੜਾ ਦਿੱਲੀ ਤੋਂ ਅੰਮ੍ਰਿਤਸਰ ਹਾਈਵੇ ਉਹੀ ਹੈ ਇਹ ਬਿਲਕੁਲ ਉਹਦੇ ਰੋਡ 'ਤੇ ਬਣਿਆ ਹੋਇਆ ਇਹ ਅਤੇ ਇਹ ਹੈਗਾ ਮੈਕਡੋਨਲ ਜਿਹੜਾ ਪੰਜਾਬ ਦਾ ਪਹਿਲਾ ਮੈਕਡੋਨਲ ਆਪਣਾ ਉਰੇ ਬਣਿਆ ਹੋਇਆ ਦਰਾਹਾ ਸ਼ਹਿਰ ਦੇ ਵਿੱਚ ਇਹ ਮੈਕਡੋਨਲ ਆ ਜਿਹੜਾ ਦਰਾਹਾ ਸ਼ਹਿਰ ਦੇ ਵਿੱਚ ਬਣਿਆ ਹੋਇਆ ਤੁਸੀਂ ਗੂਗਲ ਕਰਕੇ ਚੈੱਕ ਵੀ ਕਰ ਸਕਦੇ ਹੋ ਕਿ ਆਪਣਾ ਸਭ ਤੋਂ ਪਹਿਲਾਂ ਮੈਕਡੋਨਲ ਕਿੱਥੇ ਆ ਅਤੇ ਇਹੀ ਲੋਕੇਸ਼ਨ ਸ਼ੋਅ ਕਰੂਗਾ ਤੁਹਾਨੂੰ ਅਤੇ ਚਲੋ ਜੀ ਆਪਾਂ ਅੰਦਰ ਚੱਲਦੇ ਹਾਂ ਹੁਣ ਤਿੰਨ ਤਾਂ ਉਹਨੂੰ ਦਿਖਾਉਂਦੇ ਹਾਂ ਅਤੇ ਅੰਦਰ ਚੱਲ ਕੇ ਤੁਹਾਨੂੰ ਸਾਰੀ ਲੋਕੇਸ਼ਨ ਦਿਖਾਉਂਦੇ ਹਾਂ ਆਪਾਂ ਇਹ ਮੈਕਡੋਨਲ ਬਿਲਕੁਲ ਆ ਪੈਟਰੋਲ ਪੰਪ ਦੇ ਨਾਲ ਹੀ ਬਣਿਆ ਹੋਇਆ ਅਤੇ ਆਪਾਂ ਐਂਟਰ ਕਰਨ ਲੱਗੇ ਹਾਂ ਜੀ ਹੁਣ ਅੰਦਰ ਉਹ ਆ ਗਿਆ ਸਾਹਮਣੇ ਮੈਕਡੋਨਲ ਇਹ ਸਾਰਾ ਪਾਰਕਿੰਗ ਏਰੀਆ ਬਣਿਆ ਹੋਇਆ ਅਤੇ ਆਹ ਆ ਗਈ ਆਪਣੀ ਮੇਨ ਲੋਕੇਸ਼ਨ ਜਿਹੜੀ ਫੋਟੋ ਤੁਸੀਂ ਗੂਗਲ 'ਤੇ ਦੇਖੋਗੇ ਉਹਦੇ ਨਾਲ ਥੋੜ੍ਹੀ ਜਿਹੀ ਡਿਫਰੈਂਟ ਲੱਗੂਗੀ ਇਹਦੀ ਲੁੱਕ ਕਿਉਂਕਿ ਇਹ ਥੋੜ੍ਹਾ ਜਿਹਾ ਹੁਣ ਇਹਨੂੰ ਥੋੜ੍ਹਾ ਜਿਹਾ ਨਵੀਂ ਲੁੱਕ ਦੇਤੀ ਇਹਨੂੰ ਸਾਰੇ ਨੂੰ ਕਿਉਂਕਿ ਕਾਫੀ ਪੁਰਾਣਾ ਹੋ ਗਿਆ ਸੀ ਨਾ ਇਹ ਫਰੰਟ ਸਾਈਡ ਇਹਦੀ ਚੇਂਜ ਕਰਤੀ ਸਾਰੀ ਅਤੇ ਇੱਥੇ ਵੀ ਬ੍ਰਾਂਡ ਖੁੱਲ੍ਹ ਗਿਆ ਅਤੇ ਆਪਾਂ ਦਿਖਾਉਂਦੇ ਹਾਂ ਤੁਹਾਨੂੰ ਸਾਰੇ ਅੰਦਰ ਚੱਲ ਕੇ ਮੈਕਡੋਨਲ ਵਾਲਿਆਂ ਦਾ ਮੇਨ ਬੰਦਾ ਇਹ ਆ ਜੀ ਸਾਰਾ ਮੈਕਡੋਨਲ ਦਾ ਅੰਦਰਲਾ ਏਰੀਆ ਅਤੇ ਆਪਾਂ ਉਰੇ ਬੈਠ ਗਏ ਹਾਂ ਅਤੇ ਔਡਰ ਕਰਦੇ ਹਾਂ ਹੁਣ ਕੁਛ ਥੋੜ੍ਹੀ ਦੇਰ ਤੱਕ ਮੈਮ ਇੱਕ ਕੱਪ ਆਈਸਕ੍ਰੀਮ ਕਰ ਦਿਓ ਕੱਪ ਸੌਫਟੀ ਜਿਹੜੀ ਹੁੰਦੀ ਸਮਾਲ ਵਾਲੀ ਸੌਫਟੀ ਚੋਕਲੇਟ ਵਾਲੀ ਸੋ ਆਪਾਂ ਅੰਦਰ ਆ ਗਏ ਜੀ ਮੈਕਡੋਨਲ ਦੇ ਅਤੇ ਔਡਰ ਕੀਤਾ ਆਪਾਂ ਆਈਸਕ੍ਰੀਮ ਔਡਰ ਕੀਤੀ ਆ ਅਤੇ ਉਹਨਾਂ ਨੇ ਆਪਾਂ ਨੂੰ ਉਹ ਬੈਚ ਦਿੱਤਾ ਉਹਨਾਂ ਨੇ ਆਹ ਨੰਬਰ ਦੇਖ ਕੇ ਆਪਾਂ ਨੂੰ ਆਪਣੇ ਆਪ ਔਡਰ ਸਰਵ ਕਰ ਦੇਣਾ ਟੇਬਲ 'ਤੇ ਬਾਹਰਲੀ ਲੋਕੇਸ਼ਨ ਆ ਮੇਰੀ ਟੇਬਲ ਤੋਂ ਇੱਥੋਂ ਸਾਰੀ ਬਾਹਰ ਦੀ ਪਾਰਕਿੰਗ ਦਿਖਦੀ ਆ
हाँ तो थानू पता ही होना जी मैकडोनल्ड वालों का मेन बंदा वा ये इत रखते मूहरे बड़ा उन्होंने आह वाला एरिया है जी ड्राइव थ्रू जिन्हें गड्डी बह के ऑर्डर लेना तो खाना वा आ ड्राइव थ्रू नू जांदा रहा बाई इंची अलॉय इत्थे मैकडोनल्ड तो हैगा ही हैगा तो इत्थे बाकी सारे ब्रांड भी मिल जाते हैं जिवें कि आह देखो फूड हब सारियां इत्थे हैगियां इधर अपने आ गया बरिस्टा उहदे नाल आ गया लापिनोज ते इक होर आ ब्रिस्टो तो इधर आ सामने सीसीडी आ जांदा वा कैफे कॉफी डे ओ दे सीसीडी आ गया जी आ सारी हैगी जी लोकेशन मैकडोनल्ड दी पंजाब दा सब तो पहला मैकडोनल्ड इत्थे बच्चों के एंटरटेनमेंट के लिए भी इन्होंने कैमल खड़ाए हुए हैं आप कैमल राइड कर सकते हैं तो बच्चे ही करते हैं ज़्यादातर सारा बैक साइड एरिया आ जाता मैकडोनल्ड का तो इधर ढाबा भी है लव पंजाब वो लिखा हुआ इतने पिछे काफ़ी खुली जगह गड्डी गुड्डी खड़ी कर सकते हैं हाँ मैकडोनल्ड का लोगो लगे हुआ जी तो आ सारा मैकडोनल्ड ये नाल भारत पेट्रोलियम BPCL कहते हैं जिन्हों बिल्कुल हाईवे पर ही पैंदा है आ सामने हाईवे है तो आदि एंट्रेंस आ मैकडोनल्ड की NH1 हाईवे आ दिल्ली टू अमृतसर सो ये जी अपना पंजाब का पहला मैकडोनल्ड जिहड़ा कि आपां तुहानूं वीडियो दे विच दिखाया तो सारा तुहानूं आपां इहदी लोकेशन दिखाई अंदरों जाके दिखाया काफ़ी पुराना बनया होया है 2004 तो बनया स्टार्ट होया इस मेला का काफ़ी 14-15 साल हो गए तो हजे तक वधिया संभाल के रखा होया तो हुण इहनू रेनोवेट किया सारी बिल्डिंग इहदी तो लुक चेंज करती है तो जिहड़ी गूगल ते फोटो उहनां नालों अलग दिखूगा है सो तुसीं सारे भी विजिट करे जो तुहानूं कदे मौका मिलिया तां जरूर आ के जायो उरे सो येगा जी अपना अज का ब्लॉग जिद दिखाया पंजाब का सब तो पहला मैकडोनल्ड तो आप उत्थे जाके आए होने तो सारा तुम वीडियो के देख ही लिया होना कि आई होप कि थोड़ा वीडियो वधिया लगी हो तो वधिया लगी हो तो लाइक शेयर कमेंट जरूर करो तो जेडे चैनल पर नवे ने सबसक्राइब जरूर करके आए जी सो मिलते हैं थोड़ा इदा ही घेंट घेंट ब्लॉग्स के टिल दैन बाय टेक केयर सत श्री अकाल जी सारे नूं।